ਅੰਮ੍ਰਿਤਸਰ ਵਿੱਚ ਪੰਜਾਬ ਇੰਟਕ ਦੀ ਪ੍ਰੈਸ ਕਾਨਫਰੰਸ ਸ੍ਰੀ ਹਰਕ੍ਰਿਸ਼ਨਜੀਤ ਸਿੰਘ ਸੀਨੀਅਰ ਪ੍ਰਧਾਨ ਇੰਟਕ ਦੇ ਵੱਲੋਂ ਕੀਤੀ ਗਈ। ਕਾਨਫਰੰਸ ਵਿੱਚ ਜਨਰਲ ਸੈਕਟਰੀ ਸ੍ਰੀ ਅਸ਼ਵਨੀ ਸ਼ਰਮਾ ਜੀ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਵੱਲੋਂ ਕੀਤੇ ਗਏ ਵਾਅਦਿਆਂ ਦਾ ਹਰ ਇੱਕ ਘਰ ਦੇ ਸਦੱਸਿਆਂ ਨੂੰ ਨੌਕਰੀ ਮਿਲੇਗੀ ਅਤੇ ਉਹ ਆਪਣੇ ਵਾਅਦਿਆਂ ਦੇ ਖਰੇ ਉਤਰ ਰਹੇ ਹਨ। ਕਿਉਂਕਿ ਸਾਡੇ ਨੈਸ਼ਨਲ ਪ੍ਰਧਾਨ ਦਿਨੇਸ਼ ਸੁੰਦਰਿਆਲ ਜੀ ਜਿਨ੍ਹਾਂ ਨੇ ਇੱਕ ਪ੍ਰੋਗਰਾਮ ਲਿਖਿਆ ਵਾ, ਸੈਂਟਰ ਗੌਰਮੈਂਟ ਨੇ ਸਾਡਾ ਮਜ਼ਦੂਰਾਂ ਦਾ ਜਿਹੜਾ 27 ਕਰੋੜ 40 ਲੱਖ ਰੁਪਈਆ ਲੇਬਰ ਦਾ ਜਿਹੜੇ ਪੱਲੇਦਾਰਾਂ ਦਾ ਵਾ ਉਹ ਪੇਮੈਂਟ ਨਹੀਂ ਕਰ ਰਹੀ। ਇਸੇ ਤਰ੍ਹਾਂ ਹੀ ਕਾਰਪੋਰੇਸ਼ਨ ਦੇ ਵਿੱਚ 15 ਕਰੋੜ ਰੁਪਈਆ ਜੀ ਪੀ ਫੰਡ ਆ ਜਿਹੜਾ ਮੁਲਾਜ਼ਮਾਂ ਦਾ, ਉਹ ਅਕਾਲੀ ਸਰਕਾਰ ਨੇ ਇਹਨਾਂ ਦੇ ਅਕਾਊਂਟ ਦੇ ਵਿੱਚ ਜਮ੍ਹਾਂ ਹੀ ਨਹੀਂ ਮੁਲਾਜ਼ਮਾਂ ਦੇ ਕਰਾਇਆ ਘਪਲਾ ਵਾ। ਇਹੋ ਜਿਹੀਆਂ ਜਿਹੜੀਆਂ ਮੰਗਾਂ ਵਾ ਮਜ਼ਦੂਰਾਂ ਦੀਆਂ ਮੁਲਾਜ਼ਮਾਂ ਦੀਆਂ, ਉਹਦੇ ਸੰਬੰਧ ਦੇ ਵਿੱਚ ਅੱਜ ਅਸੀਂ ਇਕੱਠੇ ਹੋਏ ਹਾਂ। ਔਰ ਮੈਂ ਤਹਿ ਦਿਲ ਤੋਂ ਸ਼ੁਕਰ ਗੁਜ਼ਾਰ ਹਾਂ ਇਹਨਾਂ ਦਾ ਜਿਨ੍ਹਾਂ ਨੇ ਮੈਨੂੰ ਅੰਮ੍ਰਿਤਸਰ ਦੇ ਵਿੱਚ ਸੇਵਾ ਕਰਨ ਦਾ ਮੌਕਾ ਦਿੱਤਾ ਹੈ ਔਰ ਮੈਂ ਦਿਲ ਤੋਂ ਇਹ ਜਿਹੜੀ ਸੇਵਾ ਨਿਭਾਵਾਂਗਾ ਦਿਲ ਤੋਂ। ਅੰਮ੍ਰਿਤਸਰ ਤੋਂ ਗਜਿੰਦਰ ਸਿੰਘ ਕਿੰਗ ਦੀ ਰਿਪੋਰਟ, ਚੈਨਲ 2।